ਸਪਾਈਡਰਮੈਨ ਫਾਰ ਫਰੋਮ ਹੋਮ ਦਾ ਟ੍ਰੇਲਰ ਸ਼ੂਟ ਹੋਣ ਵਾਲਾ ਹੈ। ਜੇ ਤੁਸੀਂ ਐਵੇਂ ਜਿਹੜੇ ਗੇਮ ਨਹੀਂ ਦੇਖੀ ਤਾਂ ਹੁਣੀ ਰੁਕ ਜਾਓ, ਕਿਉਂਕਿ ਇਸ ਵਿੱਚ ਕਈ ਤਰ੍ਹਾਂ ਦੇ ਸਪੋਲਰ ਆ ਸਕਦੇ ਹਨ। ਜੇ ਔਰ ਤੁਸੀਂ ਦੇਖ ਚੁੱਕੇ ਹੋ ਤਾਂ ਮਜ਼ੇ ਲਓ। ਮੈਂ ਜਿੱਥੋਂ ਦੀ ਵੀ ਲੰਘਦਾ ਮੈਨੂੰ ਉਹਨਾਂ ਦੀ ਬੜੀ ਯਾਦ ਆਉਂਦੀ ਹੈ, ਮੈਂ ਉਹਨਾਂ ਨੂੰ ਬਹੁਤ ਮਿਸ ਕਰਦਾ। ਮੈਨੂੰ ਵੀ, ਮੈਨੂੰ ਨਹੀਂ ਲੱਗਦਾ ਜੋ ਟੋਨੀ ਨੇ ਕੀਤਾ ਉਹ ਕਰਦੇ ਜੇ ਉਹ ਤੈਨੂੰ ਆਪਣੀ ਜਗ੍ਹਾ ਤੇ ਦੇਖੇ। ਤੇ ਫਿਰ ਆਇਰਮੈਨ ਬੰਦੀ ਤਿਆਰੀ ਆ? ਨਹੀਂ, ਮੈਨੂੰ ਤੇਰੇ ਕੰਮ ਤੋਂ ਫੁਰਸਤ ਮਿਲੇ ਤਾਂ ਨਾ। ਕੀ ਮਜ਼ਾਕ? ਸੁਣੋ, ਮੈਂ ਜਾ ਰਿਹਾ ਕਿਤੇ ਛੁੱਟੀਆਂ ਤੇ। ਵੇਖੀ ਨਿੱਕੀ ਫਿਊਰੀ ਦਾ ਫੋਨ ਆ, ਪਰ ਮੈਂ ਨਿੱਕ ਫਿਊਰੀ ਨਾਲ ਗੱਲ ਨਹੀਂ ਕਰਨਾ ਚਾਹੁੰਦਾ। ਫੋਨ ਵੀ ਤੂੰ ਕਰੇਂਗਾ, ਨਹੀਂ ਤੇ ਮੈਨੂੰ ਕਰਨੀ ਪੂਗੀ, ਔਰ ਮੈਂ ਗੱਲ ਕਰਨਾ ਨਹੀਂ ਚਾਹੁੰਦਾ। ਤੂੰ ਫਿਊਰੀ ਦਾ ਨੰਬਰ ਕੱਟਤਾ? ਮੈਂ ਚੱਲਾ। ਤੂੰ ਫਿਊਰੀ ਤੋਂ ਲੁਕ ਨਹੀਂ ਸਕਦਾ। ਹੈਲੋ, ਤੂੰ ਦੱਸ ਕੀ ਹਾਲਾ? ਅੱਜ ਤੇ ਟ੍ਰਿਪ ਤੇ ਜਾਂਦੀ ਗੱਲ ਕਰਦੀ ਸੀ। ਮੈਂ ਆ ਸਿੰਪਲ, ਸ਼ਾਇਦ ਐਮਜੀਪੀ ਮੈਨੂੰ ਪਸੰਦ ਕਰਦੀ ਹੈ। ਤਾਂ ਚੱਲ ਉਹਦੇ ਬਾਪ ਨਾਲ ਹੱਥ ਮਿਲਾ। ਤੈਨੂੰ ਮਿਲਣ ਲਈ ਇੰਨਾ ਕੁਝ ਕਰਨਾ ਪਏਗਾ, ਕਦੀ ਸੋਚਿਆ ਨਹੀਂ ਸੀ। ਆਨ ਮਿਸਟਰ ਬੈਕ, ਮੇਰੀ ਦੁਨੀਆ ਵਿੱਚ ਤੇਰੇ ਵਰਗੇ ਲੋਕਾਂ ਦੀ ਜ਼ਰੂਰਤ ਆ। ਤੇਰੀ ਦੁਨੀਆ? ਮੇਰੀ ਧਰਤੀ ਦੂਰ ਆ। ਓ, ਇਸ ਦੇ ਕੋਈ ਡਾਈਮੈਂਸ਼ਨ ਨਹੀਂ। ਤੇ ਤੇ ਤੂੰ ਕਹਿਣਾ ਚਾਹੁੰਦਾ ਉਹ ਮਲਟੀਵਰਸ ਹੈ? ਹੋ ਜਾ ਖੁਸ਼, ਤੂੰ ਸਾਡੇ ਨਾਲ ਚੱਲ ਰਿਹਾ। ਤੇ ਬਾਕੀ ਕਿੱਥੇ ਨੇ? ਬਾਕੀ ਨੂੰ ਕਹਿ ਸਕਦੇ ਸੀ ਤੋ ਕਿੱਥੇ? ਧਰਤੀ ਤੋਂ ਬਾਹਰ ਹੈ, ਸੰਪਰਕ ਵਿੱਚ ਨਹੀਂ। ਤੇ ਮੈਂ ਤਾਂ ਛੋਟਾ ਜਿਹਾ ਬੱਚਾ, ਮੇਰੇ ਤੋਂ ਤੁਸੀਂ ਕੀ ਕਰਾਓਗੇ? ਕੀ ਬਕਵਾਸ ਕਰਦੇ, ਤੂੰ ਸਪੇਸ 'ਚ ਜਾ ਚੁੱਕੀ ਹੈ। ਅਤੇ ਫਿਰ ਤੂੰ ਕੀ ਚਾਹੁੰਦਾ ਪੀਟਰ? ਮੈਂ ਚਾਹੁੰਦਾ ਕਿ ਮੈਂ ਆਪਣੇ ਟ੍ਰਿਪ 'ਤੇ ਵਾਪਸ ਜਾਵਾਂ ਅਤੇ ਉਸ ਕੁੜੀ ਨੂੰ ਬਤਾਵਾਂ। ਸਪਾਈਡਰਮੈਨ? ਨਹੀਂ, ਮੈਂ ਨਹੀਂ ਕਹਿ ਰਿਹਾ, ਪਰ ਇਹ ਤਾਂ ਸਾਰਾ ਜੱਗ ਜਾਣਦਾ ਹੈ। ਫਿਰ ਵੀ ਮੈਂ ਇਹਦੇ ਲਈ ਤਿਆਰ ਨਹੀਂ, ਪਰ ਮੇਰੀ ਜ਼ਿੰਮੇਵਾਰੀ ਦੁਨੀਆ ਬਚਾਉਣ ਲਈ ਬਲਿਦਾਨ ਮੰਗਦੀ। ਕਦੀ ਕਦੀ ਇਹ ਲੋਕਾਂ ਨੂੰ ਮਰਨਾ ਵੀ ਪੈਂਦਾ। ਉਹ ਤੇਰੀ ਬਸ ਮੇਰੇ ਕਰਕੇ ਮੇਰੇ ਦੋਸਤਾਂ ਉੱਤੇ ਕੋਈ ਖਤਰਾ ਨਾ ਆ ਜਾਵੇ। ਦੁਨੀਆ ਨੂੰ ਚਾਹੀਦਾ ਹੈ ਨਵਾਂ ਆਇਰਮੈਨ। ਤੂੰ ਚੱਲੇਗਾ ਕਿ ਨਹੀਂ? ਤੁਸੀਂ ਇੱਥੇ ਕੀ ਕਰਦੇ ਹੋ? ਚਲੋ ਜਾਂਚ ਬੈਠੋ। ਤੁਸੀਂ ਕੌਣ ਹੋ? ਮੈਂ ਸਪਾਈਡਰਮੈਨ ਨੂੰ ਜਾਣਦਾ। ਤੂੰ ਸਪਾਈਡਰਮੈਨ ਨਹੀਂ ਕੰਮ ਕਰਦਾ? ਮੈਂ ਸਪਾਈਡਰਮੈਨ ਨਾਲ ਕੰਮ ਕਰਨ ਦੇ ਲਈ ਨਹੀਂ। ਨਵੀਂ ਸਕੀਮ,